ਪਹਿਲਾ ਦੂਜਾ ਤੀਜਾ ਗੇਅਰ ਤਾਂ ਇਸੇ ਲੀਵਰ ਦੇ ਵਿੱਚ ਹੈ, ਹਾਂਜੀ ਮੂਰ ਨੂੰ ਪਹਿਲਾ, ਹਾਂਜੀ ਨਿਊਟਰਲ ਕਰਕੇ ਨੂੰ ਪਿੱਛੇ ਕਰਾਂਗੇ ਤਾਂ ਇਧਰ ਨੂੰ ਆਪਾਂ ਦੂਸਰਾ ਔਰ ਤੀਸਰਾ ਇੱਥੇ ਗੇਅਰ ਲੱਗ ਜਾਵਾਂਗੇ। ਹਾਂਜੀ ਆ ਜਿਹੜਾ ਇਹਦਾ ਸ਼ਟਲ ਗੇਅਰ ਆ ਗਿਆ ਜੀ, ਆ ਸ਼ਟਲ ਗੇਅਰ ਆ ਗਿਆ ਜੀ। ਹਾਂਜੀ ਇਹਨੂੰ ਮੰਨ ਲਓ ਆਪਾਂ ਹੁਣ ਇੱਥੇ ਦੂਜਾ ਗੇਅਰ ਪਿਆ ਹੋਇਆ ਹੋਣਾ, ਹਾਂਜੀ ਵੀ ਜੇ ਮੰਨ ਲਓ ਮੂਹਰੇ ਨੂੰ ਕਮਾਨ ਤੋਰਨੀ ਤਾਂ ਮੂਹਰੇ ਨੂੰ ਤੁਰ ਪਊਗਾ, ਇਹ ਹੁਣ ਪਿੱਛੇ ਨੂੰ ਕਰਨੀ ਤਾਂ ਪਿੱਛੇ ਤੁਰ, ਪਿੱਛੇ ਨੂੰ ਤੁਰ ਪਊਗੀ ਵੀ ਹੁਣ ਜਿਵੇਂ ਇੱਥੇ ਹੈ ਤਾਂ ਇਹ ਹਾਈ ਸਪੀਡ ਰੋਡ ਤੇ ਚੱਲਣ ਨੂੰ ਜਾਂ ਕਣਕ ਦੇ ਵਿੱਚ ਜਿਵੇਂ ਤੇਜ਼ ਚੱਲਣੀ ਮਸ਼ੀਨ ਉੱਥੇ, ਠੀਕ ਹੈ ਜੀ। ਜਦੋਂ ਆਪਾਂ ਝੋਨੇ ਦੇ ਵਿੱਚ ਚਲਾਣੀ ਹੈ, ਡਿੱਗੇ ਦੇ ਵਿੱਚ ਚਲਾਣੀ ਹੈ, ਹੌਲੀ ਚਲਾਣੀ, ਉਦੋਂ ਆਪਾਂ ਗੇਅਰ ਲੀਵਰ ਨੂੰ ਇੱਧਰਲੇ ਪਾਸੇ ਕਰ ਦਾਂਗੇ, ਲੋ ਗੇਅਰ ਪੈ। ਇਹ ਮੀਟਰ ਕਾਹਦੇ ਵਾਸਤੇ ਲਾਇਆ ਜੀ ਫਿਰ? ਇਹ ਹਵਾ ਦਾ ਪ੍ਰੈਸ਼ਰ ਜੀ ਵੀ ਜੀ, ਜਿਹੜੀ ਪਿੱਛੇ ਟੈਂਕੀ ਹੈ ਜੀ, ਜਿਹੜੀ ਪਿੱਛੇ ਟੈਂਕੀ ਲੱਗੀ ਹੈ ਜੀ। ਲਓ ਜੀ ਬਾਈ ਹਨਾ BS4 ਇੰਜਣ। ਅੱਛਾ ਬਾਈ ਜੀ ਇਹ ਜਿਹੜਾ ਸਟੀਅਰਿੰਗ ਐਡਜਸਟੇਬਲ ਆ ਇਹ AC ਮਾਡਲ ਚ ਆ ਜਾਂ ਸਾਰੇ ਮਾਡਲ? ਇਹ ਆਪਾਂ ਲਗਭਗ ਹਰ ਮਾਡਲ ਚ ਇਹ ਸਟੀਅਰਿੰਗ ਦਿੰਦੇ ਵੀਰ ਜੀ, ਤਾਂ ਕਿ ਡਰਾਈਵਰ ਚਲਾਉਣ ਲੱਗਾ ਸੌਖਾ ਰਹੇ। ਮਤਲਬ ਬਾਈ ਜਣੀ ਜਮੀ ਫੀਲਿੰਗ ਨਹੀਂ ਆਉਂਦੀ ਹੈਗੀ ਵੀ ਬੰਦਾ ਮਸ਼ੀਨ ਚਲਾਊ ਜਾਂ ਕਾਰ ਚਲਾਊ। ਬਾਕੀ ਡਿਜ਼ਾਇਨ ਦੇਖ ਲਓ ਕਿੰਨੀ ਸੋਹਣੀ ਆ ਨਾ ਚੀਜ਼, ਉਹ ਉਨਾ ਕੁ ਮਤਲਬ ਫੈਜੂਲ ਸਮਾਨ ਨਹੀਂ ਲੱਗਿਆ ਹੋਇਆ ਜਿੰਨੀ ਕੁ ਆਪਾਂ ਨੂੰ ਲੋੜ ਆ। ਜੇ ਮੰਨ ਲਓ ਕੋਈ ਦਿੱਕਤ ਵਿਕਤ ਆ ਜਾਵੇ ਉਨੀ ਕੁ ਜ਼ਿਆਦਾ ਲਾਈ ਹੋਈ ਆ ਵੀ ਉੱਪਰ ਆਪਾਂ ਆਰਾਮ ਵਗੈਰਾ ਕੰਮ ਜਾਂ ਕੋਈ ਦਿੱਕਤ ਨਾ ਆਵੇ, ਜਿਵੇਂ ਹੁਣ ਗੋਡੇ ਗੁੱਡਿਆਂ ਦੇ ਵਿੱਚ ਐਂ ਖੁੱਲ੍ਹਾ ਡੁੱਲਾ ਬੰਦਾ ਬੈਠਾ। ਬਾਕੀ ਇਹ ਸੀਟ ਲਗਜ਼ਰੀ ਇਹਦੇ ਵਿੱਚ ਲੱਗਦੀ ਹੈ ਕਿ ਸਾਰੇ ਮਾਡਲਾਂ ਦੇ ਵਿੱਚ? ਇਹ ਆਪਣੇ ਕੁਛ ਮਾਡਲਾਂ ਦੇ ਵਿੱਚ ਇਹ ਲੱਗਦੀ ਹੈ, ਕੁਛ ਬੇਸਿਕ ਮਾਡਲ ਜਿਨ੍ਹਾਂ 'ਚ ਇਹ ਨਹੀਂ ਹੁੰਦੀ ਹੈਗੀ। ਜਿਹੜਾ ਆਪਣਾ 777 ਦਾ ਇਹ ਮਾਡਲ ਜਿਹਦੇ ਆਪਾਂ ਬੈਠੇ ਹਾਂ ਲੀਡਰ ਮਾਡਲ, ਇਹਦੇ ਵਿੱਚ ਇਹੀ ਸੀਟ ਅਤੇ ਇਹੀ ਸਟੀਅਰਿੰਗ ਆਉਂਦਾ ਜੀ। ਇਹ ਸੀਟ ਇਸ ਤਰ੍ਹਾਂ ਵੀ ਸ਼ੋਕਰ ਵੀ ਹੈ ਇਹਦੇ 'ਚ ਉੱਪਰ ਨੀਚੇ ਕਰਨ ਦਾ, ਡਰਾਈਵਰ ਆਪਦੇ ਹਿਸਾਬ ਨਾਲ ਇਹਨੂੰ ਉੱਪਰ ਹੇਠਾਂ ਵੀ ਕਰ ਸਕਦਾ। ਕਿਸੇ ਬਾਈ ਦੀਆਂ ਲੱਤਾਂ ਛੋਟੀਆਂ ਨੇ, ਕਲੱਚ ਨਹੀਂ ਦੱਬਿਆ ਤਾਂ ਉਹ ਸੀਟ ਨੂੰ ਹੇਠੀ ਕਰਕੇ ਵੀ ਚਲਾ ਸਕਦਾ। ਠੀਕ ਹੈ ਠੀਕ ਹੈ। ਕੋਈ ਬੰਦਾ ਲੰਮਾ ਹੈ ਤਾਂ ਉਹਨੂੰ ਤਾਂ ਕਰਕੇ ਚਲਾ ਸਕਦਾ। ਬਾਕੀ ਹੁਣ ਆਪਾਂ ਕਰੀਏ ਗੱਲ ਗੇਅਰਾਂ ਦੀ ਜੀ। ਹਾਂਜੀ ਗੇਅਰਾਂ ਵਾਸਤੇ ਮੈਂ ਤੁਹਾਨੂੰ ਦੱਸਦਾ, ਜਿਵੇਂ ਤੁਹਾਨੂੰ ਇੱਥੇ ਦਿਖ ਰਿਹਾ ਪਹਿਲਾ ਦੂਜਾ ਤੀਜਾ ਗੇਅਰ ਤਾਂ ਇਸੇ ਲੀਵਰ ਦੇ ਵਿੱਚ ਹੈ, ਮੂਰ ਨੂੰ ਪਹਿਲਾ, ਹਾਂਜੀ ਨਿਊਟਰਲ ਕਰਕੇ ਨੂੰ ਪਿੱਛੇ ਕਰਾਂਗੇ ਤਾਂ ਇੱਧਰ ਨੂੰ ਆਪਾਂ ਦੂਸਰਾ ਔਰ ਤੀਸਰਾ ਇੱਥੇ ਗੇਅਰ ਲੱਗ ਜਾਵਾਂਗੇ। ਹਾਂਜੀ ਆ ਜਿਹੜਾ ਇਹਦਾ ਸ਼ਟਲ ਗੇਅਰ ਆ ਗਿਆ ਜੀ, ਆ ਸ਼ਟਲ ਗੇਅਰ ਆ ਗਿਆ ਜੀ। ਹਾਂਜੀ ਇਹਨੂੰ ਮੰਨ ਲਓ ਆਪਾਂ ਹੁਣ ਇੱਥੇ ਦੂਜਾ ਗੇਅਰ ਪਿਆ ਹੋਇਆ ਹੋਣਾ, ਹਾਂਜੀ ਵੀ ਜੇ ਮੰਨ ਲਓ ਮੂਹਰੇ ਨੂੰ ਕਮਾਨ ਤੋਰਨੀ ਤਾਂ ਮੂਹਰੇ ਨੂੰ ਤੁਰ ਪਊਗੀ, ਇਹ ਹੁਣ ਪਿੱਛੇ ਨੂੰ ਕਰਨੀ ਤਾਂ ਪਿੱਛੇ ਤੁਰ, ਪਿੱਛੇ ਨੂੰ ਤੁਰ ਪਊਗੀ। ਅੱਛਾ ਮੰਨ ਲਓ ਇਹ ਆਪਾਂ ਆਹ ਲੀਵਰ ਚੇਂਜ ਦੀ ਲੋੜ ਮੈਂ ਇੱਕ ਲੀਵਰ ਦਾ ਕੰਮ ਲੈਣਾ, ਜਿਵੇਂ ਕਣਕਾਂ ਦੇ ਵਿੱਚ ਮਸ਼ੀਨ ਨੂੰ ਆਪਣੇ ਤੇਜ਼ ਤੋਰਨਾ ਤਾਂ ਬਾਰ ਬਾਰ ਲੀਵਰ ਪਹਿਲੇ 'ਚੋਂ ਦੂਜੇ 'ਚੋਂ ਬੈਕ ਕਰਨਾ ਉਹ ਔਖਾ ਹੋ ਜਾਂਦਾ, ਉਹਨੂੰ ਜਿਹੜਾ ਦੂਜਾ ਗੇਅਰ ਲਾਤਾ ਹੈ ਪਹਿਲਾ ਗੇਅਰ ਲਾਤਾ ਉੱਥੇ ਮਸ਼ੀਨ ਚੱਲੀ ਜਾਂਦੀ, ਇਕੱਲਾ ਇਹਨੂੰ ਮੂਹਰੇ ਨੂੰ ਪਿੱਛੇ ਨੂੰ ਕਰੀ ਜਾਣਾ ਮਸ਼ੀਨ ਉੱਥੇ ਛੇਤੀ ਕੰਮ ਸੌਖਾ ਹੋ ਜਾਂਦਾ। ਹਾਂ ਕਈ ਵਾਰੀ ਹੁਣ ਬੰਦਾ ਅਣਜਾਣ ਹੁੰਦਾ ਉੱਥੇ, ਕਈ ਵਾਰ ਨੋਟ ਲੈਣੀ ਹੈ ਨਾ, ਨਵੇਂ ਬੰਦੇ ਆਉਂਦੇ ਉਹਨੂੰ ਨੋਟ ਲਾਉਣ ਦਾ ਨਹੀਂ ਪਤਾ ਲੱਗਦਾ ਵੀ ਕਿੱਧਰ ਨੋਟ ਲਾਉਣੀ ਹੈ, ਕਿੱਥੇ ਪਦੂਆ ਪੈਣਾ, ਕਿੱਥੇ ਤੀਆ ਪੈਣਾ ਹੈ। ਅੱਛਾ ਜੀ ਇਹ ਹੋ ਗਿਆ ਆਪਣਾ ਗੇਅਰ ਲੀਵਰ ਹੋ ਗਿਆ 1 2 3 ਰਿਵਕਸ, ਇਹ ਹੋ ਗਿਆ ਸ਼ਟਲ ਗੇਅਰ, ਇਹ ਗੇਅਰ ਕਾਹਦਾ ਲਾਤਾ ਜੀ? ਇਹ ਹਾਈਲੋ ਆ ਗਿਆ, ਜਿਹੜਾ ਮੈਂ ਮਕੈਨੀਕਲ ਹਾਈਲੋ ਦੀ ਗੱਲ ਕਰ ਰਿਹਾ ਸੀਗਾ ਵੀ ਹੁਣ ਜਿਵੇਂ ਇੱਥੇ ਹੈ ਤਾਂ ਇਹ ਹਾਈ ਸਪੀਡ ਰੋਡ ਤੇ ਚੱਲਣ ਨੂੰ ਜਾਂ ਕਣਕ ਦੇ ਵਿੱਚ ਜਿਵੇਂ ਤੇਜ਼ ਚੱਲਣੀ ਮਸ਼ੀਨ ਉੱਥੇ, ਠੀਕ ਹੈ ਜੀ। ਜਦੋਂ ਆਪਾਂ ਝੋਨੇ ਦੇ ਵਿੱਚ ਚਲਾਉਣੀ ਹੈ, ਡਿੱਗੇ ਦੇ ਵਿੱਚ ਚਲਾਉਣੀ ਹੈ, ਹੌਲੀ ਚਲਾਉਣੀ ਹੈ, ਹਾਂਜੀ ਉਦੋਂ ਆਪਾਂ ਗੇਅਰ ਲੀਵਰ ਨੂੰ ਇੱਧਰਲੇ ਪਾਸੇ ਕਰ ਦਾਂਗੇ, ਲੋ ਗੇਅਰ ਪੈ ਗਿਆ ਹੁਣ, ਇਹ ਲੋ ਗੇਅਰ ਆ ਗਿਆ, ਲੋ ਗੇਅਰ ਪੈ ਗਿਆ ਜਿਵੇਂ ਮੰਨ ਲਓ ਖੇਤ ਦੇ ਵਿੱਚ ਆਪਾਂ ਕੱਟਾਂਗੇ ਸਮੇਂ ਇਹ ਲੋ 'ਚ ਕਰਕੇ ਚਲਾਉਣੀ। ਹਾਂਜੀ ਆਪਣੀ ਜ਼ਰੂਰਤ ਦੇ ਹਿਸਾਬ ਨਾਲ, ਅਗਰ ਆਪਾਂ ਤੇਜ਼ ਚਲਾਉਣੀ ਹੈ ਜਿਵੇਂ ਕਣਕ ਦਾ ਤੇਜ਼ ਵੀ ਚਲਾ ਸਕਦੇ, ਹਾਈ 'ਚ ਵੀ ਚੱਲ ਸਕਦੇ। ਹਾਂਜੀ ਹਾਂਜੀ ਇਹ ਤਾਂ ਗੱਲ ਹੈ ਜੀ, ਝੋਨੇ 'ਚ ਚਲਾਉਣੀ ਤਾਂ ਹਾਈ 'ਚ ਫੁੱਲ ਮੰਨ ਲਓ 55 ਦੀ ਸਪੀਡ ਆ ਜਿਹੜੀ ਇੱਥੇ ਆ ਫਿਰ ਉਹ। ਹਾਂਜੀ ਹਾਂ ਇਹਦੇ 'ਚ ਇਹ ਹਾਈ ਗੇਅਰ ਜਿਹੜਾ ਹੈ ਇਹ ਸਾਰਿਆਂ 'ਚ ਹੀ ਕੰਮ ਕਰੂਗਾ, ਹਾਈ ਲਾਤਾ ਤਾਂ ਇੱਧਰੋਂ ਪਹਿਲਾ ਦੂਜਾ ਤੀਜਾ ਇਸ ਗੇਅਰ ਦੇ ਵਿੱਚ ਕੰਮ ਕਰੂਗਾ, ਜਿਵੇਂ ਟਰੈਕਟਰ 'ਚ ਹੁੰਦਾ। ਹਾਂਜੀ ਹਾਂਜੀ ਜਿਹਨੂੰ ਲੋ ਕਰਤਾ ਤਾਂ ਪਹਿਲਾ ਦੂਜਾ ਤੀਜਾ ਗੇਅਰ ਲੋ ਗੇਅਰ ਦੇ ਵਿੱਚ ਕੰਮ ਕਰੂਗਾ, ਜਿਵੇਂ ਆਪਾਂ ਟਰੈਕਟਰਾਂ ਦੇ ਵਿੱਚ ਹੈ ਨਾ ਜਾਂ ਕੋਈ ਲੋਡ ਵਾਲਾ ਚੀਜ਼ ਟਰਾਲੀ, ਮੰਨ ਲਓ ਗੰਨੇ ਵਾਲੀ ਟਰਾਲੀ ਲਾ ਲਓ, ਆਪਾਂ ਕਹਿ ਦਿੰਦੇ ਹਾਂ ਦੂਆ ਲੋ ਲਾ ਲਈ ਤੀਆ ਲੋ ਲਾ ਲਈ, ਹੁਣ ਆਪਾਂ ਨੂੰ ਕੰਬਾਈਨ ਦੇ ਵਿੱਚ ਵੀ ਕਹਿਣਾ ਸੌਖਾ ਹੋ ਜਾਊਗਾ ਵੀ ਜੇ ਪੁਨੀ ਦੀ ਕੰਬਾਈਨ ਲੈ ਕੇ ਜਾਊਂਗੇ ਹੈ ਨਾ, ਉਹਦੇ ਵਿੱਚ ਹਾਈ ਲੋ ਜਿਵੇਂ ਆਪਾਂ ਨੇ ਮੰਨ ਲਓ ਜਾਂ ਕਿਤੇ ਉੱਚੀ ਨੀਵੀਂ ਮਸ਼ੀਨ ਚੜਾਉਣੀ ਹੈ ਨਾ, ਕਈ ਵਾਰੀ ਆਪਾਂ ਹੁੰਦਾ ਵੀ ਗੇਅਰ ਬੜਾ ਹਾਫ ਕਲੱਚ 'ਤੇ ਚੱਲੋ, ਉਹਦਾ ਮਤਲਬ ਇਹ ਹੋ ਜਾਊਗਾ ਵੀ ਲੋ ਲਾ ਕੇ ਮਸ਼ੀਨ ਜਿੱਥੇ ਮਰਜ਼ੀ ਚੜਾ ਸਕਦੇ ਹਾਂ। ਇਹ ਬਹੁਤ ਵਧੀਆ ਹੈ ਨਾ, ਭਾਰਤ ਦੀ ਪਹਿਲੀ ਕੰਬਾਈਨ ਮੰਨੂੰਗਾ ਮੈਂ ਤਾਂ ਇਹਨੂੰ,
ਜਿਹਦੇ ਵਿੱਚ ਇਹ ਆਪਾਂ ਨੂੰ ਸ਼ਿਡਲ ਗੇਅਰ ਦੇ ਵਿੱਚ ਜਾਂ ਹਾਈ ਲੋ ਦੇ ਵਿੱਚ ਕੰਬਾਈਨ ਮਿਲ ਰਹੀ ਆ। ਬਹੁਤ ਸੋਹਣੀ ਕੰਬਾਈਨ ਜਿਹੜੀ ਹੈ ਨਾ, ਡਿਜ਼ਾਇਨਿੰਗ ਦੇਖੋ ਤੁਸੀਂ, ਪੇਂਟ ਕੁਆਲਿਟੀ ਬਹੁਤ ਸੋਹਣੀ ਕੰਬਾਈਨ ਆ। ਇੱਕ ਵਾਰੀ ਨਾ ਜ਼ਰੂਰ ਆ ਕੇ, ਮੈਂ ਇਹ ਨਹੀਂ ਕਹਿੰਦਾ ਵੀ ਕੰਬਾਈਨ ਲੈ ਕੇ ਜਾਓ, ਮੈਂ ਇਹ ਜ਼ਰੂਰ ਕਹਿੰਦਾ ਵੀ ਇੱਕ ਵਾਰ ਆ ਕੇ ਪੁੰਨੀ ਢਮਾਣਾ ਕੰਬਾਈਨ ਜ਼ਰੂਰ ਇੱਕ ਵਾਰ ਦੇਖ ਕੇ ਜਾਓ ਵੀ ਇਹਦੀ ਕੀ ਕੁਆਲਿਟੀ ਆ, ਕੀ ਇਹਦਾ ਇਹਨਾਂ ਦੀ ਇੰਡਸਟਰੀ ਘੁੰਮੋ। ਅੱਛਾ ਜੀ, ਹੋਰ ਆਪਣੇ ਹੁਣ ਆ ਲਾਈਟਾਂ ਨੇ ਸੋਚਿਆ ਪਿੱਛੇ ਲਾਤੀਆਂ, ਹਾਂ ਲਾਈਟਾਂ ਨੇ ਸਾਰੇ ਡੈਸ਼ਬੋਰਡ ਚੋਂ ਕੱਢਤੀਆਂ, ਡੈਸ਼ਬੋਰਡ ਚੋਂ ਕੱਢਤੀਆਂ। ਇਹ BS4 ਦਾ ਜਿਹੜਾ ਇੰਜਨ ਆ ਗਿਆ ਨਾ, ਵਾਇਰਿੰਗ ਆਪਦੀ ਬਹੁਤ ਵੱਡੀ ਹੋ ਜਾਂਦੀ ਹੈ, ਠੀਕ ਹੈ, ਤਾਂ ਕਰਕੇ ਆਪਾਂ ਆਪਦੀ ਪੂਰੀ ਵਾਇਰਿੰਗ ਮਸ਼ੀਨ ਦੀ ਅਲੱਗ ਰੱਖੀਏ, ਇੰਜਨ ਦੀ ਵਾਇਰਿੰਗ ਅਲੱਗ ਰੱਖੀਏ, ਤਾਂ ਕਿ ਕੱਲ੍ਹ ਨੂੰ ਰਿਪੇਅਰ ਮੇਨਟੇਨੈਂਸ ਦੇ ਵਿੱਚ ਕਿਸੇ ਵੀ ਆਮ ਬੰਦੇ ਨੂੰ ਕੋਈ ਦਿੱਕਤ ਨਾ ਆਵੇ। ਇੱਕ ਮੇਰਾ ਹੋਰ ਆਹ ਦੱਸੋ ਜੀ, ਜਿਹੜਾ ਆਪਣੇ ਇਹ ਮੀਟਰ ਦੇ ਵਿੱਚ ਸਾਰਾ ਕੁਛ ਆ ਜਾਂਦਾ ਆਪਣੇ ਜਿਹੜਾ BS4 ਦਾ? ਹਾਂਜੀ ਹਾਂਜੀ, ਇਹ ਆਹਦਾ ਆ ਗਿਆ ਇੰਜਨ ਕੂਲੈਂਟ, ਹਾਂਜੀ ਆਪਣਾ ਗਰਮ ਵਾਲਾ। ਇਹ ਮੀਟਰ ਕਾਹਦੇ ਬੱਤ ਲਾਇਆ ਜੀ ਫਿਰ? ਇਹ ਹਵਾ ਦਾ ਪ੍ਰੈਸ਼ਰ ਜੀ ਵੀਰੇ, ਜਿਹੜੀ ਪਿੱਛੇ ਟੈਂਕੀ ਹੈ ਜੀ, ਜਿਹੜੀ ਪਿੱਛੇ ਟੈਂਕੀ ਲੱਗੀ ਹੈ ਜੀ। ਲਓ ਜੀ ਬਾਈ, ਹੈ ਨਾ BS4 ਇੰਜਣ ਸਾਰੀਆਂ ਕੰਬਾਈਨਾਂ ਦੇ ਵਿੱਚ ਆ ਗਿਆ, ਪਰ ਹਜੇ ਤੱਕਰ ਇਹ ਕਿਸੇ ਨੂੰ ਨਹੀਂ ਪਤਾ। ਜਾਣੀ ਚਲੋ ਇਹਨਾਂ ਦੇ ਆਏ ਤਾਂ ਸਾਨੂੰ ਵੀ ਤਾਂ ਪਤਾ ਲੱਗਿਆ, ਆਪਾਂ ਵੀ BS4 ਇੰਜਣ ਚਲਾ ਲਿਆ। ਅੱਛਾ ਵੀ ਜੀ, ਮੈਂ ਜੇ BS4 ਦੇ ਇੰਜਣ ਦੇ ਵਿੱਚ ਇੰਜਣ ਨਾਲ ਜੇ ਮੰਨ ਲਓ ਹਵਾ ਦੀ ਟੈਂਕੀ ਖਾਲੀ ਹੋ ਜਾਵੇ ਜੀ, ਹਾਂਜੀ, ਵੀ ਸਮੱਸਿਆ ਆ ਸਕਦੀ? ਫਿਰ ਉਹ ਜਿਹੜਾ ਜਿਹਦੇ ਯੂਰੀਆ ਦਾ ਸਪਰੇ ਹੋਣਾ, ਹਵਾ ਦੇ ਪ੍ਰੈਸ਼ਰ ਨਾਲ ਹੋਣਾ। ਅੱਛਾ, ਉਹ ਹਵਾ ਸਪਰੇ ਕਰਨਾ ਧੱਕਣਾ ਯੂਰੀਆ? ਹਾਂਜੀ, ਅਗਰ ਹਵਾ ਨਹੀਂ ਹੋਏਗੀ ਤਾਂ ਫਿਰ ਉਹ ਦਿੱਕਤ ਕਰਦਾ ਹੈ ਇੰਜਣ, ਇਹ ਛੋਟੀਆਂ ਛੋਟੀਆਂ ਕਮੀਆਂ ਕਰਕੇ ਫਿਰ ਇੰਜਣ ਦੇ ਵਿੱਚ ਪ੍ਰੋਬਲਮ ਵੱਧ ਜਾਂਦੀ ਹੈ। ਇਹ ਮੈਂ ਇਹ ਵੀ ਹੁਣ ਆਇਓ ਕਹੂੰਗਾ ਵੀ ਜਿੰਨੀਆਂ ਕੰਬਾਈਨਾਂ BS4 ਗਾ ਚੱਲ ਗਈਆਂ, ਇੱਕ ਤੁਹਾਨੂੰ ਹੋਰ ਵੀ ਡੀ ਹਵਾ ਵਾਲਾ ਤੁਹਾਨੂੰ ਟੈਂਕ ਵੀ ਦਿਖਾਉਣਾ ਹੈ ਵੀ ਇਹਨਾਂ ਨੇ ਨਾ ਇੱਕ ਕੰਬਾਈਨ ਨਹੀਂ, ਚਲੋ ਇੰਜਣ ਚੇਂਜ ਹੋ ਗਿਆ, ਚਲੋ ਕੋਈ ਗੱਲ ਨਹੀਂ, ਹੈ ਨਾ ਸਰਕਾਰ ਦੀਆਂ ਉਹਦੇ ਵਿੱਚ ਕਾਨੂੰਨ ਦੇ ਵਿੱਚ ਦੇਰੇ ਦੇ ਵਿੱਚ ਰਹਿਣਾ ਕੰਪਨੀਆਂ ਵੀ ਜ਼ਿਮੀਦਾਰਾਂ ਨੇ ਵੀ ਲਈਆਂ ਇਹ ਚੀਜ਼, ਔਰ ਪਿੱਛੇ ਟੈਂਕਾਂ ਵਾਲਾ ਵੀ ਅਲੱਗ ਤੋਂ ਇੱਕ ਜਿਹੜਾ ਜ਼ਿਮੀਦਾਰਾਂ ਨੂੰ ਤੋਹਫਾ ਹੀ ਸਮਝ ਲਓ ਵੀ, ਜਿਵੇਂ ਆਪਾਂ ਸੋਚਦੇ ਹਾਂ ਹੁਣ ਜ਼ਿਮੀਦਾਰ ਭਰਾ ਆਪਣੇ ਵੀ ਬਾਈ ਜੀ BS4 ਇੰਜਣ ਕਾਮਯਾਬ ਹੋਊਗਾ ਕਿ ਨਹੀਂ ਹੋਊਗਾ, ਬਾਕੀ ਉਹ ਗੱਲਾਂ ਲਾਗਾਂ ਹੋਵੇ ਹੋਣ ਦੀਆਂ ਜਾਂ ਨਾ ਹੋਣ ਦੀਆਂ, ਪਰ ਜਿਹੜਾ ਕੰਪਨੀ ਦਾ ਫਰਜ਼ ਆ ਉਹ ਇਹਨਾਂ ਨੇ ਪੂਰਾ ਕਰਤਾ। ਅੱਛਾ, ਏਅਰ ਪ੍ਰੈਸ਼ਰ ਵੀ ਆਪਣੇ ਥੱਲੇ ਕਿੰਨੀ ਹਵਾ ਹੁਣ? 50 pound ਆ ਜਿਵੇਂ 50 pound ਅਤੇ 5 bar ਅਤੇ 5 ਅਤੇ 50 pound ਹੋ ਗਈ, ਕੰਪਨੀ ਵੀ ਲੈ ਲੈਣ ਵੀ ਰਿਕਮੈਂਡ ਕਰਦੀ ਜਦੋਂ 2 bar ਤੋਂ ਘੱਟ ਪ੍ਰੈਸ਼ਰ ਹੋਵੇ ਤਾਂ ਇੰਜਨ ਨੂੰ ਸਟਾਰਟ ਨਾ ਕਰਿਆ ਜਾਵੇ। ਅੱਛਾ ਜੀ, ਹਾਂ, ਜਾਂ ਲੋਡ 'ਤੇ ਨਾ ਪਾਇਆ ਜਾਵੇ। ਅੱਛਾ, 2 ਦਾ ਘੱਟ ਪ੍ਰੈਸ਼ਰ ਹੋਊਗਾ ਜੀ? ਹਾਂ, ਜਦੋਂ 2 ਤੋਂ ਪ੍ਰੈਸ਼ਰ 2 bar ਤੋਂ ਵੱਧ ਗਿਆ ਉਦੋਂ ਇੰਜਨ 'ਤੇ ਲੋਡ ਪਾਇਆ ਜਾਵੇ ਤਾਂ ਕਿ ਉਹ ਯੂਰੀਆ ਦਾ ਸਪਰੇ ਚੰਗੀ ਤਰ੍ਹਾਂ ਕਰ ਸਕੇ ਇੰਜਨ। ਠੀਕ ਹੈ, ਠੀਕ ਹੈ ਜੀ। ਤਾਂ ਹੁਣ ਡਰਾਈਵਰ ਵੀਰ ਇੱਥੋਂ ਹੀ ਦੇਖ ਕੇ ਉਹਨੂੰ ਸਮਝ ਸਕਦੇ ਨੇ ਕਿ ਹੁਣ ਪ੍ਰੈਸ਼ਰ ਸਾਡਾ ਪੂਰਾ। ਬਾਕੀ ਸਹੀ ਗੱਲ ਆ ਵੀ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਨਾ, BS4 ਇੰਜਣ ਜਿਨ੍ਹਾਂ ਨੇ ਮੇਰੇ ਭਰਾਵਾਂ ਨੇ, ਚਲੋ ਹੋਰ ਕੰਪਨੀਆਂ ਮੀਟਰ ਤਾਂ ਉਰੇ ਦਿੰਦੀਆਂ ਨਹੀਂ, ਮੇਰਾ ਵੀਰ ਪਿੱਛੇ ਜਾ ਕੇ ਇੱਕ ਵਾਰ ਜ਼ਰੂਰ ਚੈੱਕ ਕਰ ਲਿਆ ਕਰੋ ਵੀ ਜੇ 20 pound ਤੋਂ ਹਵਾ 20 pound ਆਵਾ ਤਾਂ ਘੱਟ ਆ ਤਾਂ ਉਹਨੂੰ ਸਟਾਰਟ ਨਾ ਕਰੋ, ਪਹਿਲਾਂ ਦੇਖੋ ਉਹਨੂੰ, ਜਾਂ ਲੋਡ ਦੇ ਨਾਲ ਲੈ ਕੇ ਜਾਓ ਜੀ ਉਹਨੂੰ, ਲੋਡ ਤੇ ਨਾ ਪਾਓ, ਲੋਡ ਤੇ ਨਾ ਪਾਓ। ਹਾਂਜੀ ਹਾਂ, ਬਾਕੀ ਕੈਬਨ ਆ, ਖੁੱਲ੍ਹਾ ਡੁੱਲਾ ਕੈਬਨ ਆ, ਇਹ ਆਪਣੇ ਆਟੋਮੈਟਿਕ ਔਗਰ ਆ ਜਿਹੜਾ, ਹੈ ਨਾ, ਜਿਵੇਂ ਤੁਸੀਂ ਦੇਖਦੇ ਇਹਨਾਂ ਦੇ। ਇੱਕ ਗੱਲ ਹੋਰ ਦੇਖੀ ਮੈਂ ਆਪਣੇ ਕੰਬਾਈਨਾਂ ਨੂੰ, ਸਾਰੀਆਂ ਜਿੰਨੀਆਂ ਵੀ ਕੰਬਾਈਨਾਂ ਮੰਨ ਲਓ ਟਰੈਕਟਰ ਵਾਲੀ ਆ, ਜਿੰਨੀਆਂ ਵੀ ਕੰਬਾਈਨਾਂ ਸਾਰੀਆਂ ਨੂੰ ਆਟੋਮੈਟਿਕ ਔਗਰੇ ਲਾ ਕੇ ਦਿੰਦੇ ਹੋ? ਨਹੀਂ ਜੀ, ਉਹ ਏਰੀਆ ਦੇ ਹਿਸਾਬ ਨਾਲ, ਜਿੱਥੇ ਮਸ਼ੀਨੇ ਜਾਣਾ, ਜਿੱਥੇ ਹੁਣ ਰਾਜਸਥਾਨ ਜਾਂਦੀ ਹੈ ਮਸ਼ੀਨ ਜ਼ਿਆਦਾ, ਉੱਥੇ ਦਰਖਤ ਜ਼ਿਆਦਾ ਨੇ ਖੇਤਾਂ ਦੇ ਵਿੱਚ, ਫਿਰ ਉੱਥੇ ਔਗਰ ਬੰਦ ਕਰਕੇ ਮਸ਼ੀਨ ਚਲਾਉਣੀ ਪੈਂਦੀ, ਜੰਡੀਆਂ ਹੁੰਦੀਆਂ, ਨੀਵੇਂ ਦਰਖਤ ਹੁੰਦੇ ਨੇ, ਉਹ ਵਾਰ ਵਾਰ ਔਗਰ ਫਸਦੇ, ਤਾਂ ਕਰਕੇ ਉਹਨਾਂ ਏਰੀਆ 'ਚ ਫਿਰ ਉਹ ਆਟੋਮੈਟਿਕ ਔਗਰ, ਆਟੋ ਡਿਸਚਾਰਜ ਔਗਰ ਲੈਣਾ ਪਸੰਦ ਕਰਦੇ ਨੇ, ਪੀੜੀ ਥਾਂ ਤੋਂ ਦਰਖਤ ਦੇ ਥੱਲੇ ਵੱਢਣਾ ਸੌਖਾ ਹੈ, ਦੀ ਚੁਆਇਸ ਤੇ ਆ। ਹਾਂਜੀ ਹਾਂ, ਠੀਕ ਹੈ ਜੀ। ਬਾਕੀ ਮਿਊਜ਼ਿਕ ਸਿਸਟਮ ਆਪਣੇ ਗਲਾਸ ਵਗੈਰਾ, ਹੈ ਨਾ, ਰਾਈਵਰ ਵਾਟਰ ਕੂਲਰ ਟੂਲ, ਬਹੁਤ ਸੋਹਣਾ ਪ੍ਰੋਜੈਕਟ ਹੈ ਜਿਹੜਾ ਪੁੰਨੀ ਕੰਬਾਈਨ ਤੁਹਾਨੂੰ ਦਊਗੀ। ਉਹਦੇ ਬਾਅਦ BS4 ਇੰਜਣ ਦੇ ਵਿੱਚ ਆ ਕੰਬਾਈਨ ਇਹ, ਚਲੋ ਥੱਲੇ ਹੀ ਤਾਂ ਦਿਖਾਉਂਦੇ ਹਾਂ, ਫਿਰ ਆਪਾਂ ਹੋਰ ਕਰਦੇ ਹਾਂ ਗੱਲਬਾਤ, ਟੈਂਕ ਦਿਖਾਉਂਦੇ ਹਾਂ ਹਵਾ ਵਾਲਾ।
ਇੱਧਰ ਆਪਾਂ ਤੁਹਾਨੂੰ ਡੈਸ਼ਬੋਰਡ ਦੇ ਵਿੱਚ ਨਾ ਮੀਟਰ ਵਾਲਾ ਦਿਖਾਇਆ ਆਪਾਂ ਨੂੰ ਬਾਈ ਜੀ, ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਮੀਟਰ ਦੇ BS4 ਦੇ ਵਿੱਚ ਕਿੱਡਾ ਬੜਾ ਰੋਲ ਆ ਹਵਾ ਵਾਲੀ ਟੈਂਕੀ ਦਾ। ਇਹ ਦੇਖੋ ਹਵਾ ਵਾਲੀ ਟੈਂਕੀ ਹੈ ਜਿਹੜੀ, ਇਹ ਕਿੰਨੇ ਪਾਉਂਡ ਹਵਾ ਕਵਰ ਕਰ ਲੈਂਦੀ ਹੈ ਜੀ? 300 ਦੇ ਲਾਗੇ ਤਾਗੇ ਤਕਰੀਬਨ ਪ੍ਰੈਸ਼ਰ ਜਿਹੜਾ ਹੈਗਾ ਜੀ ਉਹ ਤਕਰੀਬਨ 150 ਪਾਉਂਡ ਤਾਈਂ ਦਾ ਪ੍ਰੈਸ਼ਰ ਹੈ, ਮੇਨਟੇਨ ਕਰ ਸਕਦੀ ਹੈ ਟੈਂਕੀ ਜੀ 150 ਪਾਉਂਡ ਤੱਕ। 150 ਪਾਉਂਡ ਤੱਕ ਠੀਕ ਹੈ ਜੀ। ਬਾਕੀ ਟੈਂਕਾ ਜਿਹੜਾ ਹੈ ਨਾ ਵੀ ਮੈਂ ਤਾਂ ਪਹਿਲੀ ਵਾਰ ਦੇਖਿਆ ਹੋਊਗਾ ਵੀ ਕਿਸੇ ਕੰਬਾਈਨ ਕੰਪਨੀ ਦਾ ਐਡਾ ਟੈਂਕ ਲਾ ਕੇ ਜਿਹੜਾ BS4। ਇਹ BS4 ਇੰਜਣ ਆ ਜਦ ਤੋਂ ਹੀ ਲਾਉਣ ਲੱਗੇ ਜੀ? ਪਹਿਲਾਂ ਵੀ ਬੜਾ ਹੀ ਲਾਉਂਦੇ ਟੈਂਕ ਆਪਾਂ ਪਹਿਲਾਂ ਸ਼ੁਰੂ ਤੋਂ ਬੜਾ ਲਾਉਂਦੇ? ਇਹ ਤਾਂ ਬੜਾ ਲਾਉਣ ਦਾ ਕਾਰਨ ਜੀ, ਮਤਲਬ ਜਦੋਂ ਮਸ਼ੀਨ ਦੀ ਸਵੇਰੇ ਸਫਾਈ ਕਰਨੀ ਆ ਉਸ ਟਾਈਮ ਨੂੰ ਹਵਾ ਹੋਵੇ ਬੰਦਾ ਆਰਾਮ ਨਾਲ ਰੇਡੀਏਟਰ ਸਾਫ ਕਰ ਲਏ, ਮਸ਼ੀਨ ਨੂੰ ਮੇਨਟੇਨ ਰੱਖ, ਸਟਾਰਟ ਕਰਨ ਦੀ ਲੋੜ ਨਹੀਂ, ਸਟਾਰਟ ਕਰਨ ਦੀ ਲੋੜ ਨਹੀਂ ਹੈ। ਠੀਕ ਹੈ ਠੀਕ ਹੈ। ਸਵੇਰੇ ਮਸ਼ੀਨ ਸਾਫ ਕਰਨ ਵਾਸਤੇ ਸਟਾਰਟ ਨਾ ਕਰਨੀ ਪਵੇ ਕਮ ਸੇ ਕਮ, ਵੀ ਸਪੈਸ਼ਲ ਨਾ ਕਰਨੀ ਪਵੇ, ਇਹੀ ਰਾਤ ਵਾਲੀ ਹਵਾ ਕਹਿੰਦੇ ਸਵੇਰੇ ਆਪਾਂ ਕੰਮ ਲੈ ਲਈ ਕੰਮ ਲੈ ਲਈ। ਠੀਕ ਹੈ ਜੀ। ਬਾਕੀ ਆਟੋ ਕੁਲੀਨਰ ਵਗੈਰਾ ਕਸਟਮਰ ਦੀ ਚੋਇਸ ਹੈ ਵੀ ਮੰਨ ਲਓ ਪਰਮਾਨੈਂਟ ਆਪਣੀ ਪਰਮਾਨੈਂਟ ਹੀ ਹੈ, ਜਿਸੇ ਆਪਾਂ ਦੋਨੇ ਆਪਸ਼ਨ ਦਿੰਦੇ, ਦੇਖੋ ਤੁਸੀਂ ਦੇਖ ਰਹੇ ਹੋਗੇ ਇੱਥੇ ਆਟੋ ਕੁਲੀਨਰ ਵੀ ਹੈ, ਉੱਪਰ ਜਾਲੀ ਉੱਪਰ ਜਾਲੀ ਵੀ ਹੈ। ਅੱਛਾ, ਮੰਨ ਲਓ ਕੋਈ ਚਾਰਜਸ ਨਹੀਂ ਹੈਗਾ ਅਲੱਗ ਤੋਂ? ਕੋਈ ਚਾਰਜਸ ਨਹੀਂ ਹੈ ਵਿੱਚੇ। ਠੀਕ ਹੈ ਜੀ। ਬਾਕੀ ਤੁਸੀਂ ਦੇਖਿਆ ਹੀ ਆ ਨਾ ਪੌੜੀ ਪਿੱਛੇ, ਇਹ ਵੀ ਡਿਜ਼ਾਇਨ ਆ ਜਿਹੜਾ ਪੌੜੀ ਦਾ, ਇਹ ਵੀ ਬੜਾ ਸੋਹਣਾ। ਜਿਵੇਂ ਆਪਾਂ ਦੇਖਦੇ ਹਾਂ 4x4 ਨੂੰ ਹੈ ਨਾ, ਅੱਜ ਕੱਲ੍ਹ ਜ਼ਿਆਦਾ 4x4 ਜਿਹੜੀ ਮਸ਼ੀਨ ਨੂੰ ਦੇਖਦੇ ਗਿੱਲਾ, ਹਰੇਕ ਸੀਜ਼ਨ ਮੰਨ ਲਓ ਬਰਸਾਤ ਦੇ ਟਾਈਮ 4x4 ਲੱਗਦੇ ਆ ਜਦੋਂ ਮਸ਼ੀਨਾਂ ਨੂੰ, ਤਾਂ ਪੌੜੀਆਂ ਫਿਰ ਨਾ ਇਹ ਕੰਪਨੀਆਂ ਦੇ ਨਾਲ ਲੱਗਣ ਲੱਗ ਜਾਂਦੀਆਂ ਮਸ਼ੀਨਾਂ ਦੀਆਂ ਲੱਗਦੇ, ਫਿਰ 4x4 ਲਾਉਣੋ ਨੇ ਜਿਹੜੇ, ਜੇ ਆਪਾਂ ਕੰਪਨੀ 'ਚ ਕਿਸੇ 'ਚ ਲਵਾਉਂਦੇ ਪੌੜੀ ਵੱਢ ਦਿੰਦੇ ਹਾਂ। ਇਹਨਾਂ ਨੇ ਨਾ ਤਾਂ ਪੌੜੀ ਵੱਢਣ ਦਾ ਆਪਸ਼ਨ ਰੱਖੀ ਆ, ਨਾ ਰੱਖੀ ਆ ਟਾਇਰ ਦੇ ਨਾਲ ਲੱਗਣ ਦੀ, ਵੀ ਆਪਣੇ 2 ਫੋਡੇ ਆ ਜਿਹੜੇ ਇਹਨਾਂ ਨੂੰ ਆਪਾਂ ਆਰਾਮ ਗੈਲ ਇਕੱਠਾ ਕਰ ਸਕਦੇ ਹਾਂ। ਲਓ ਜੀ ਇੱਥੇ ਆਰਾਮ ਕਹਿੰਦੇ ਨੇ ਇਕੱਠਾ ਹੋ ਜਾਣਾ, ਵੀ ਕੋਈ ਆਪਾਂ ਨੂੰ ਦਿੱਕਤ ਨਹੀਂ ਆਊਗੀ ਜਿਵੇਂ ਆਪਾਂ ਰੋਡ 'ਤੇ ਵੀ ਜਾਂ ਹੋਰ ਵੀ। ਬਾਕੀ ਪੇਂਟ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ, ਜਿਹੜਾ ਇਹ ਐਂਗਲ ਆ ਪੂਛ ਨੂੰ ਆਹ ਪਿੱਛੇ, ਇਹ ਆਪਾਂ ਤਾਂ ਆਮ ਦੇਖਦੇ ਹਾਂ ਸਿੱਧਾ ਲੱਗਿਆ ਹੁੰਦਾ, ਇਹ ਕਾਹਦੇ ਵਾਸਤੇ ਫਿਰ ਮੁੜਮਾ ਐਂਗਲ ਟਾਈਪ ਲਾਤਾ ਜੀ? ਆਪਾਂ SMS ਦੀ ਪਹਿਲਾਂ ਹੀ ਫਿਟਿੰਗ ਦਿੰਦੇ ਹਾਂ ਜੀ। ਅੱਛਾ ਜੀ। ਸਪੈਸ਼ਲ ਕੁਛ ਨਹੀਂ ਕਰਨਾ ਗਾ, ਪੂਛ ਵੀ ਤੁਸੀਂ ਦੇਖੋਗੇ ਪੁੱਛੇ ਪੂਛ ਜਿਵੇਂ ਆਮ ਹੁੰਦੀ ਆ, ਉਹ ਥੱਲੇ ਵਾਲਾ ਜਿਹੜਾ ਚੈਨਲ ਹੈ ਹੈਵੀ ਲਾਇਆ ਹੈਗਾ, SMS 'ਤੇ ਕੰਬ ਕੇ ਮਸ਼ੀਨ ਦੀ ਕਿਤੋਂ ਕੋਈ ਤੇੜ ਨਾ ਪਾਟੇ ਜਾਂ ਕੋਈ ਟੁੱਟ ਭੱਜ ਨਾ ਹੋਵੇ, ਮੰਨ ਲਓ ਚਾਹੇ ਕਿਸੇ ਨੇ ਲਾਉਣਾ ਹੈ ਚਾਹੇ ਨਹੀਂ ਲਾਉਣਾ, ਪਰ ਕੰਪਨੀ ਆਪਣੇ ਕਹਿੰਦੇ ਰੈਡੀ ਕਰਕੇ ਦਿੰਦੀ ਹੈ ਜਦੋਂ ਵੀ SMS ਲਾਉਣਾ ਜਾ ਕੇ ਕਾਬਲੇ ਟੰਗੋ ਤੁਸੀਂ। ਇਹ ਚੀਜ਼ਾਂ ਹੀ ਹੁੰਦੀਆਂ ਜਿਹੜੀਆਂ ਨਾ ਵੀ ਆਪਾਂ ਨੂੰ ਕੰਬਾਈਨ ਮਾਲਕਾਂ ਨੂੰ ਹਰੇਕ ਚੀਜ਼ 'ਤੇ ਮੰਨ ਲਓ ਉਹਦੇ ਪੱਖ ਦੇ ਵਿੱਚ ਰੱਖ ਕੇ ਮਸ਼ੀਨ ਆ ਜਿਹੜੀ ਇਹ ਤਿਆਰ ਕੀਤੀ ਗਈ ਆ, 1977 ਮਾਡਲ, ਬਹੁਤ ਸੋਹਣੀ ਕੰਬਾਈਨ ਆ। ਬਾਕੀ ਆਪਾਂ ਹੁਣ ਗੱਲ ਕਰਦੇ ਹਾਂ ਬਾਈ ਜੀ ਇਹਦੇ ਜਿਹੜੀ ਸ਼ਾਫਟਾਂ ਆ ਆਪਣੇ, ਗੈਰ ਡਰਮ ਹੋ ਗਿਆ, ਥਰੈਸਰ ਹੋ ਗਿਆ, ਕਿਆ ਨੰਬਰ ਪਾਉਂਦੇ ਹੋ ਜੀ? ਪੁਲੀਆਂ ਤੁਹਾਨੂੰ ਦਿਖਾਏ ਦਿੱਤੀਆਂ ਹਨ ਵੀ ਜਿਹੜੀਆਂ ਪੁਲੀਆਂ ਇਹਨਾਂ ਦੀਆਂ, ਇਹ ਸਾਰੀਆਂ ਪੁਲੀਆਂ ਤੁਹਾਨੂੰ ਕੁਪਲੀਨਾਂ ਵਾਲੀਆਂ ਮਿਲਣਗੀਆਂ। ਐਲੀਵੇਟਰਾਂ ਜਿਹੜੇ ਮੰਨ ਲਓ ਆ ਨਟ ਖੋਲੋ, ਜੇ ਮੰਨ ਲਓ ਆਪਣੇ ਬਰਸਾਤ ਦੇ ਸਮੇਂ 'ਚ ਆਪਾਂ ਬਾਹਰ ਪੜ੍ਹਾਈ ਕਰਦੇ ਹਾਂ ਸੋਆਬੀਨ ਦਾਲਾਂ ਵਗੈਰਾ, ਉਹਦੇ ਵਿੱਚ ਚੋਕ ਹੋ ਜਾਂਦਾ, ਫੂਸ ਵਾਲਾ ਐਲੀਵੇਟਰ ਜ਼ਿਆਦਾ ਚੋਕ ਹੋਣ ਦੀ ਕੰਪਲੇਂਟ ਹੁੰਦੀ ਆ, ਇਹ ਐਲੀਵੇਟਰ ਆਪਾਂ 2 ਨਟ ਆਹ ਖੋਲੋ ਆਹ ਖੋਲੋ, ਐਲੀਵੇਟਰ ਖੋਲ ਕੇ ਆਰਾਮ ਗੱਲ ਆਪਾਂ ਜਿਹੜਾ ਹੈ ਨਾ ਇਹਦੀ ਸਫਾਈ ਜਾਂ ਚੈਨ ਕਿਤੇ ਫਸ ਜਾਵੇ ਕੁਛ ਹੋ ਜਾਵੇ ਤਾਂ ਆਪਾਂ ਆਰਾਮ ਗੱਲ ਕੱਢ ਸਕਦੇ ਹਾਂ। ਬਾਕੀ ਆ ਦੇਖ ਲਓ ਤੁਸੀਂ ਲੋਹੇ ਦੀ ਕੁਆਲਿਟੀ ਤਾਂ ਕਹਿੰਦੇ ਜ਼ਿਮੀਂਦਾਰ ਤਾਂ ਮਾਰ ਕੇ ਦੱਸ ਦਿੰਦੇ ਵੀ ਕਿਹੜੀ ਇਹ ਚਾਦਰ ਲੱਗੀ ਹੋਈ ਆ। ਅੱਛਾ ਜੀ ਇਹ ਚਾਸੀ ਦੇ ਵਿੱਚ ਜਿਹੜੀ ਸਾਰੀ ਡਿਜ਼ਾਇਨਿੰਗ ਆ ਇਹ ਆਪ ਦੀ ਹੋ ਜਾਂ ਵੀ ਆਪਣੀ ਸਾਰੀ
ਆਪਦੀ ਡਿਜ਼ਾਈਨਿੰਗ ਹੈ ਜੀ। ਅੱਛਾ, ਪੂਰੀ ਚਾਦਰ ਇੱਕੋ ਹੀ ਪੀਸ ਹੈ ਪੂਰੀ ਬਾਡੀ ਦੀ, ਕਿਤੇ ਜੋੜ ਨਹੀਂ ਹੁੰਦਾ ਇਸ ਚਾਦਰ ਦੇ ਵਿੱਚ। ਅੱਛਾ, ਪਿੱਛੇ ਤੋਂ ਲੈ ਕੇ ਮੂਹਰੇ ਤੱਕ ਕੋਈ ਵੀ ਜੋੜ ਨਹੀਂ? ਜੋੜ ਨਹੀਂ, ਉਹ ਇੱਕੋ ਪੀਸ ਹੋਊਗਾ, ਇੱਕੋ ਪੀਸ ਹੋਊਗਾ। ਠੀਕ ਹੈ, ਠੀਕ ਹੈ ਜੀ। ਬਹੁਤ ਸਾਰੀਆਂ ਕੰਪਨੀਆਂ ਜਿਵੇਂ ਗੈਪ ਡਰਮ ਤਾਂ ਹੀ ਮੋਟੀ ਲਾ ਤੀ, ਪਿੱਛੇ ਹਲਕੀ ਲਾ ਤੀ, ਆਪਾਂ ਉਹ ਕੰਮ ਨਹੀਂ, ਆਪਣੀ ਜਿਹੜੀ ਵੀ ਪੂਰੀ ਬਾਡੀ ਦੀ ਚਾਦਰ ਇੱਕੋ ਹੀ ਹੈ। ਠੀਕ ਹੈ ਜੀ। ਡੀਜ਼ਲ ਟੈਂਕ ਜੀ ਕਿੰਨੇ? 345 ਲੀਟਰ ਦਾ ਡੀਜ਼ਲ ਟੈਂਕ ਹੈ ਜੀ, ਸਿੰਗਲ ਜੋੜ ਦੇ ਵਿੱਚ। ਸਿੰਗਲ ਦੇਖੋ ਬਾਈ, ਹੋਰ ਟੀ ਦੇਖੋ ਤੁਸੀਂ ਕਿੰਨੀ ਮਜ਼ਬੂਤ ਟੀ ਲਾਈ ਹੋਈ ਆ। ਇਹ ਵੀ ਆਪਾਂ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਵੀ ਜ਼ਿਆਦਾਤਰ ਤਾਂ ਜਿਹੜੇ BS4 ਇੰਜਣ ਦੇ ਵਿੱਚ ਟੀਆਂ ਛੋਟੀਆਂ ਲੱਗੀਆਂ, ਇਹ ਵੀ ਤੁਸੀਂ BS4 ਨੂੰ ਦੇਖ ਕੇ ਲਾਈ? BS4 ਨੂੰ ਦੇਖ ਕੇ ਲਾਈ ਪਹਿਲਾਂ ਟੀ ਛੋਟੀ। ਮੈਨੂੰ ਰਾਤ ਤੁਹਾਡੇ ਫਾਦਰ ਸਾਹਿਬ ਨੇ ਦੱਸਿਆ ਜੀ, ਉਹ ਕਹਿੰਦੇ ਵੀ BS4 ਇੰਜਣ ਦੇ ਵਿੱਚ ਕਿਹਾ ਵੀ ਤੇਲ ਜਿਹੜਾ ਨਾ ਛੋਟੀਆਂ ਟੀਆਂ ਪ੍ਰੋਪਰ ਪੂਰਾ ਨਹੀਂ ਦਿੰਦੀਆਂ ਹੈਗੀਆਂ। ਉਹਨਾਂ ਨੂੰ ਦੇਖ ਕੇ ਇਹਨਾਂ ਨੇ ਜਿਹੜੀ BS4 ਦੇ ਇੰਜਣ ਦੇ ਨਾਲ ਟੀ ਥੋੜ੍ਹੀ ਜਿਹੀ ਮਤਲਬ ਵੱਡੀ ਕਰਕੇ ਲਾਈ ਆ। ਜਿਹੜੀ ਟੈਕਨੀਕ ਹੈ BS4 ਦੀ, ਉਹ 'ਚ ਨਾ ਡੀਜ਼ਲ ਦਾ ਫਲੋ ਜ਼ਿਆਦਾ ਹੈ। ਅੱਛਾ ਜੀ। ਤੇਲ ਜ਼ਿਆਦਾ ਲੈਂਦਾ ਔਰ ਜ਼ਿਆਦਾ ਹੀ ਵਾਪਸੀ ਕਰਦਾ, ਤਾਂ ਕਰਕੇ ਉਹਨੂੰ ਵੱਡੀ ਟੀ ਦੀ ਜ਼ਰੂਰਤ ਪੈਂਦੀ ਹੈ ਜੀ। ਆਪਣੇ ਹੁਣ ਆ ਜਾਈਏ ਆਪਾਂ ਕਟਰ 'ਤੇ ਆ ਜਾਈਏ ਜੀ। ਆਪਾਂ ਕਟਰ ਦੇ ਵਿੱਚ ਇਹ ਮੋਟਰ ਦੀ ਆਪਸ਼ਨ ਆ ਜਾਂ ਆਪਾਂ ਕਮਲੇ ਦੀ? ਨਹੀਂ ਜੀ, ਆਪਾਂ ਸਾਰੀਆਂ ਜਿੰਨੇ ਵੀ ਕਟਰ ਨੇ ਆਪਣੀ ਕੋਈ ਵੀ ਮਸ਼ੀਨ ਲੈ ਲਓ, ਹਰੇਕ 'ਚ ਮੋਟਰ ਨਾਲ ਦਿੰਦੇ ਹਾਂ। ਹਾਂ, ਚਾਹੇ ਉਹ 8 ਫੁੱਟ ਕਟਰ ਦੀ ਹੈ ਚਾਹੇ 12 ਫੁੱਟ। ਇਹ ਕਿੰਨਾ ਫੁੱਟ ਕਟਰ ਆ ਜੀ? ਇਹ 14 ਫੁੱਟ ਦਾ, 14 ਫੁੱਟ ਕਟਰ ਆ, 777 ਮਾਡਲ ਆ। ਬਾਕੀ ਟੈਨਾਂ ਸਫਾਈ ਹੈ ਨਾ, ਕੋਈ ਵੀ ਰੀਲ ਦੀ ਜਾਂ ਆਪਣੇ ਬਿਲਡਿੰਗ ਦੀ, ਬਲੈਕ ਕਲਰ ਦੇ ਵਿੱਚ ਟਰਾਲਾ ਮਸ਼ੀਨ ਦੇ ਨਾਲ ਦਾ ਰੰਗ ਪੇਂਟ ਕਟਰ ਦਾ। ਬਾਕੀ ਹੁੱਕ ਸਿਸਟਮ ਜਿਹੜਾ ਹੈ ਨਾ, ਸਾਰਾ ਹੀ ਬਹੁਤ ਜ਼ਿਆਦਾ ਹੈਵੀ ਉਹਦੇ ਵਿੱਚ ਲੱਗਿਆ ਹੋਇਆ। ਆਪਾਂ ਨੂੰ ਕਿਸੇ ਚੀਜ਼ ਦੀ ਵੀ ਦੇਖੋ, ਕਟਰ ਤੋਂ ਲੈ ਕੇ ਬੜੀ ਤੋਂ ਲੈ ਕੇ ਛੋਟੀ ਪੁਲੀ ਤੱਕ ਆ ਜਿਹੜੀ ਆਪਣੀ, ਸਾਰੀਆਂ ਪੁਲੀਆਂ ਤੁਹਾਨੂੰ ਇਹ ਸਲੀਵ ਵਾਲੀਆਂ ਹੀ ਮਿਲਣਗੀਆਂ। ਵੀ ਇਹ ਨਹੀਂ ਹੋਊਗਾ ਵੀ ਆਪਾਂ ਨੂੰ ਜਾਂ ਪੂਲਰ ਲਾਉਣਾ ਪੈਣਾ ਹੈ ਨਾ, 4 ਨਟ ਖੋਲੋ ਜਿਹੜੇ ਪੁਲੀ ਆਪਣੀ ਕੱਢੋ ਬਾਹਰ, ਸਾਰੀਆਂ ਪੁਲੀਆਂ A to Z। ਆਹ ਦੇਖੋ ਤੁਸੀਂ ਇੱਧਰ ਜਿਵੇਂ ਆਪਾਂ ਰੀਲ ਦੇ ਚੱਕਰ ਘੱਟ ਵੱਧ ਕਰਨੇ ਹੈ ਨਾ, ਕੋਈ ਪਿੰਨਾਂ ਵਾਲੀਆਂ ਪੁਲੀਆਂ ਨਹੀਂ ਹੈਗੀਆਂ। ਤੁਹਾਨੂੰ ਪਤਾ ਬੈਲਟਾਂ ਜ਼ਿਆਦਾ ਖਰਾਬ ਹੋ ਜਾਂਦੀਆਂ, ਕਿਉਂ ਪਤਾ ਆਪ ਹੁਣ ਕੰਮ ਕਰਦਿਆਂ ਦੇਖਦੇ ਹਾਂ। ਬਾਕੀ ਸਾਰੀ ਪੁਲੀ ਦੇ ਸਿਸਟਮ ਆ ਜਿਹੜਾ ਇੱਕੋ ਸੇਮ ਮਿਲੂਗਾ। ਬਾਕੀ ਹਿੱਸੇ ਦੀ ਬਾਈ ਜੀ ਉਹਨਾਂ ਨੇ ਕੁਆਲਿਟੀ ਆਪਾਂ ਨੂੰ ਦੱਸੀ ਆ ਹੈ ਨਾ, ਹਜੇ ਇਹਨਾਂ ਦਾ ਇੱਕ ਹਿੱਸਾ ਆਊਗਾ ਹੋਰ, ਉਹ ਤੁਹਾਨੂੰ ਦਿਖਾਵਾਂਗੇ ਉਹ ਵੀ ਵੀਡੀਓ ਦੇ ਵਿੱਚ ਵੀ ਉਹ ਹਿੱਸੇ ਦੀ ਕੀ ਕੁਆਲਿਟੀ ਹੋਊਗੀ, ਉਹ ਜਿਹੜੀ ਮਸ਼ੀਨ 'ਤੇ ਲੱਗ ਕੇ ਆਊਗਾ। ਬਾਕੀ ਟੂਲ ਬਾਕਸ ਦੇਖੋ, ਬਲੈਕ ਕਲਰ ਦੇ ਵਿੱਚ ਮਿਲੂਗਾ ਹੈ ਨਾ, 777-19 ਦੇ ਵਿੱਚ ਮਾਡਲ ਦੇ। ਬੈਟਰੀ ਬਾਕਸ ਆ, ਬਾਕੀ ਆ ਜਿਹੜੀ ਆਪਣੇ ਕਵਰ ਕੁਵਰ ਵਗੈਰਾ ਪਲੇਟਾਂ ਵਗੈਰਾ, ਇਹ ਤੁਹਾਨੂੰ ਬਲੈਕ 'ਚ ਮਿਲਣਗੀਆਂ। ਬਾਈ ਜੀ, ਇੱਕ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗੀ ਵੀ ਜਿੰਨੀਆਂ ਵੀ ਆਪਾਂ ਸੁੱਚਾਂ ਕੰਬਾਈਨਾਂ ਨੇ ਦੇਖਦੇ, ਇੱਕ ਸੁੱਚ ਲੱਗੀ ਹੁੰਦੀ ਹੈ ਇਹ, ਆਪਾਂ ਨੇ 2 ਕਾਤ ਲਾਈਆਂ ਜੀ। ਇਹ ਵੀ ਅਲੱਗ ਅਲੱਗ 2 ਸੁੱਚ ਨੇ ਜੀ। ਅੱਛਾ ਜੀ। ਜਿਵੇਂ BS4 ਇੰਜਨ ਦੇ ਵਿੱਚ ਨਾ ਬੈਟਰੀ ਦੇ ਵਿੱਚ ਕਰੰਟ ਰਹਿਣਾ ਇੰਜਨ ਨੂੰ ਬਹੁਤ ਜ਼ਰੂਰੀ ਹੈ ਜੀ, ਆਪਾਂ ਤੁਰੰਤ ਬੰਦ ਨਹੀਂ ਕਰ ਸਕਦੇ। ਠੀਕ ਹੈ ਜੀ। ਤਾਂ ਕਰਕੇ ਅਗਰ ਇਕੱਲੀ ਮਸ਼ੀਨ ਦੀ ਵਾਇਰਿੰਗ ਵੱਡੀ ਹੈਵੀ ਡਿਊਟੀ ਬੰਦ ਕਰਨੀ ਲਾਈਟਾਂ, ਤਾਂ ਆਪਾਂ ਇਕੱਲੀ ਆਹ ਸੁੱਚ ਕੱਢ ਦਾਂਗੇ। ਅੱਛਾ, ਇਹ ਸੁੱਚ BS4 ਨੂੰ ਦੇਖ ਰਹੇ ਹੋ? ਇੰਜਨ ਨੂੰ, ਇਕੱਲੇ ਉਹਦੇ ECU ਨੂੰ ਲੱਗਿਆ ਹੋਇਆ। ਅੱਛਾ ਵੀ ਇਹ ਇਹ ਨਹੀਂ ਕੱਟਣੀ ਹੈਗੀ? ਇਹ ਆਪਾਂ ਮਸ਼ੀਨ ਬੰਦ ਖੜੀ ਕਰਨ ਤੋਂ ਬਾਅਦ ਅੱਧੇ ਘੰਟੇ ਬਾਅਦ ਕੱਟ ਸਕਦੇ ਹਾਂ ਜੀ। ਵਾਹ ਜੀ ਵਾਹ। ਬਾਈ, ਜਿਹੜੀਆਂ ਚੀਜ਼ਾਂ ਤੋਂ ਆਪਣੇ ਕਿਸਾਨ ਭਰਾ ਜਾਂ ਆਪਣੇ ਕੰਬਾਈਨਾਂ ਵਾਲੇ ਵੀਰ ਨਾ ਡਰਦੇ ਆ BS4 'ਤੇ, ਇਹ ਸਾਰਾ ਹੱਲ ਪੁੰਨੀ ਕੰਬਾਈਨ ਕੱਢੀ ਬੈਠੀ ਆ ਕੰਪਨੀ, ਸਾਰਾ ਤੁਹਾਨੂੰ ਜਿਵੇਂ ਤੁਸੀਂ ਰਿਵਿਊ ਦੇਖਿਆ ਹੈ ਨਾ ਵੀ ਕਲੱਚ ਤੋਂ ਲੈ ਕੇ ਛੋਟੀ ਛੋਟੀਆਂ ਚੀਜ਼ਾਂ ਤੋਂ ਲੈ ਕੇ ਬੜੀਆਂ ਬੜੀਆਂ ਚੀਜ਼ਾਂ ਤੱਕ, ਆਟੋਮੈਟਿਕ ਔਗਰ ਬਹੁਤ ਸੋਹਣਾ ਡਿਜ਼ਾਇਨ ਕਰਕੇ ਆਪਦਾ ਐਨ ਬਣਾ ਕੇ ਗੱਲਬਾਤ ਕਰਕੇ ਲਾਇਆ ਹੋਇਆ। ਅੱਛਾ ਜੀ, ਹੁਣ ਆਪਾਂ ਇਹਦੇ ਟਾਇਰਾਂ ਦੀ ਆਪਸ਼ਨ ਵੀ ਜਿਹੜੀ ਮਰਜ਼ੀ ਟਾਇਰ ਲੈ ਸਕਦੇ ਜੀ? ਅਸੀਂ ਥੋੜ੍ਹਾ ਅਸੀਂ ਪ੍ਰੈਫਰੈਂਸ ਦਿੰਦੇ ਹਾਂ ਜੀ ਗੁੜੀਆ ਟਾਇਰ ਨੂੰ। ਗੁੜੀਆ ਟਾਇਰ ਦੇ ਵਿੱਚ ਹਾਲ ਫਿਲਹਾਲ ਕੀ ਚੱਲ ਰਿਹਾ ਜੀ? 1 ਸਾਲ ਦੀ ਇਹਦੀ ਨਾ ਇੰਸ਼ੋਰੈਂਸ ਕਹਿ ਲਓ ਜਾਂ ਵਾਰੰਟੀ ਕਹਿ ਲਓ। ਅੱਛਾ ਜੀ। ਕਸਾਈ ਕੱਟ ਕੇ, ਮੰਨ ਲਓ ਕੋਈ ਕੱਟ ਲੱਗ ਵੀ ਗਿਆ ਚਾਹੇ ਆਪਣੀ ਗਲਤੀ ਨਾਲ ਲੱਗ ਗਿਆ ਜੀ, ਕਸਾਈ ਕੱਟ ਕੇ ਕੰਪਨੀ ਟਾਇਰ ਬਦਲ ਦਿੰਦੀ ਹੈ।
ਅੱਛਾ ਤਾਂ ਹੀ ਗੁੱਡੀਅਰ ਦਾ ਲੱਗਦਾ ਤਾਂ ਅਸੀਂ ਗੁੱਡੀਅਰ ਨੂੰ ਪ੍ਰੈਫਰ ਕਰਦੇ ਸਾਡੇ ਜਿਹੜਾ ਥ੍ਰੈਸ਼ਰ ਹੈ ਚ ਕੰਬਾਈਨ ਹੈ ਤਾਂ ਅਸੀਂ ਇਹਨੂੰ ਪ੍ਰੈਫਰੈਂਸ ਦਿੰਦੇ ਹਾਂ ਗੁੱਡੀਅਰ ਨੂੰ ਤਾਂ ਕਿ ਦੇਖੋ ਜਦੋਂ ਪੱਥਰਾਂ ਦੇ ਵਿੱਚ ਕਿਸੇ ਉੱਚੀ ਨੀਵੀਂ ਥਾਂ 'ਤੇ ਕੰਬਾਈਨ ਨੇ ਚੱਲਣਾ ਤਾਂ ਗਲਤੀ ਹੋ ਜਾਂਦੀ ਹੈ ਸਹੀ ਗੱਲ ਹੈ ਜੀ ਬਾਕੀ ਰਿੰਮ ਦੇਖ ਲਓ ਤੁਸੀਂ ਹੈ ਨਾ ਵਧੀਆ ਕੁਆਲਿਟੀ ਦੇ ਵਿੱਚ ਬਲੈਕ ਕਲਰ ਦੇ ਵਿੱਚ ਬਾਕੀ ਹੋਰ ਵੀ ਜਿਵੇਂ ਐਡਜਸਟਮੈਂਟ ਵਾਲਾ ਹੈ ਨਾ ਇਹ ਦੇਗੀ ਤਿਆਰ ਕਰਦੇ ਹੋਗੇ ਜਾਂ ਫਿਰ ਇਹ ਲੋਹੇ ਦਾ ਜੀ ਐਸਜੀ ਆਇਰਨ ਹੈ ਜੀ ਨਾ ਦੇਗ ਹੁੰਦੀ ਹੈ ਅਤੇ ਨਾ ਲੋਹਾ ਹੁੰਦਾ ਜੀ ਅੱਛਾ ਜੀ ਵਿਚਾਲ ਨਾਲ ਮੇਲ ਹੈ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਨਿੰਦਰ ਬਾਈ ਜੀ ਤੁਹਾਡਾ ਇਹਦਾ ਹੁਣ ਆਪਾਂ ਉਰੇ ਨੂੰ ਹੋ ਜਾਈਏ ਮਾੜਾ ਜਿਹਾ ਆਪਾਂ ਹੁਣ ਇਹਦਾ ਪ੍ਰਾਈਜ਼ ਕੀ ਹੈ ਜੀ ਮਸ਼ੀਨ ਦਾ ਇਸ ਮਸ਼ੀਨ ਦੇ ਵਿੱਚ ਜਿਹੜਾ ਮਾਡਲ ਦੀ ਆਪਾਂ ਇਹ ਗੱਲ ਕਰ ਰਹੇ ਹਾਂ ਇਹ 27 ਲੱਖ ਰੁਪਏ ਦਾ ਆਪਣਾ ਐਕਸ ਫੈਕਟਰੀ ਦਾ ਇੱਕ ਸ਼ੋਰੂਮ ਮਾਡਲ ਹੈ ਜੀ BS4 ਦੇ ਨਾਲ BS4 ਦੇ ਨਾਲ ਜੀ ਠੀਕ ਹੈ ਜੀ ਇਹ ਜਿਹੜਾ ਰੇਟ ਹੈ ਇਹ 2024 ਕਣਕ ਵਾਲੇ ਸੀਜ਼ਨ ਦਾ ਰੇਟ ਹੈ ਜੀ 2024 ਕਣਕ ਦੇ ਸੀਜ਼ਨ ਦਾ ਰੇਟ ਹੈ ਇਹ 27 ਲੱਖ ਰੁਪਈਆ BS4 ਇੰਜਣ ਸਮਾਰਟ ਗੇਅਰ ਤੇਲ 'ਚ ਬ੍ਰੇਕਾਂ ਬਾਕੀ ਤੁਹਾਨੂੰ ਤੁਸੀਂ ਦੇਖ ਹੀ ਲਿਆ ਹੈ ਨਾ ਸ਼ਿਡਲ ਗੇਅਰ ਲੋ ਗੇਅਰ ਵੀ 12 ਗੇਅਰਾਂ ਦੇ ਵਿੱਚ ਪਹਿਲੀ ਕੰਬਾਈਨ ਆ ਇਹ ਹਿਸਾਬ ਲਾ ਲਓ ਚਲੋ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜਾਣਕਾਰੀ ਦੇਣ ਵਾਸਤੇ ਬਾਕੀ ਬਾਈ ਇੱਕ ਵਾਰੀ ਜ਼ਰੂਰ ਹੈ ਨਾ ਮੈਂ ਥੱਲੇ ਪੁੰਨੀ ਢਮਾਣਾ ਦਾ ਕੰਪਨੀ ਦਾ ਮੈਨੂੰ ਨੰਬਰ ਸ਼ੇਅਰ ਕਰ ਦਿੰਦਾ ਇੱਕ ਵਾਰੀ ਮੈਂ ਇਹ ਨਹੀਂ ਕਹਿੰਦਾ ਵੀ ਕੰਬਾਈਨ ਲੈ ਕੇ ਜਾਓ ਇੱਕ ਵਾਰੀ ਜ਼ਰੂਰ ਆ ਕੇ ਇਹਨਾਂ ਦੀ ਕੰਬਾਈਨ ਦੇਖੋ ਇਹਨਾਂ ਦੀ ਕੁਆਲਿਟੀ ਦੇਖੋ ਇਹਨਾਂ ਦੀ ਫੈਕਟਰੀ ਘੁੰਮੋ ਬਹੁਤ ਵਧੀਆ ਜਿਹੜਾ ਜ਼ਿਮੀਂਦਾਰਾਂ ਦੇ ਪੱਖ ਦੇ ਵਿੱਚ ਰੱਖ ਕੇ ਛੋਟੀ ਤੋਂ ਵੱਡੀ ਤੋਂ ਵੱਡੀ ਚੀਜ਼ ਤੱਕ ਲੈ ਕੇ ਵੀ ਬਹੁਤ ਵਧੀਆ ਇਹਨਾਂ ਦਾ ਮੈਨੀਫੈਕਚਰ ਜਿਹੜਾ ਮੈਨੂੰ ਐਨ ਟੌਪ 'ਤੇ ਆਪਾਂ ਕਹਿ ਦਈਏ ਵੀ ਜੇ ਇੱਕ ਛੋਟਾ ਜਿਹਾ ਨਟ ਵੀ ਲਾਉਣਾ ਹੈ ਤਾਂ ਉਹ ਵੀ ਬੈਲੈਂਸ ਕਰੇ ਦੇ ਬਿਨਾਂ ਨਹੀਂ ਲੱਗਦਾ ਠੀਕ ਹੈ ਜੀ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਸਾਰੇ ਜਣੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।